एक पढ़िया लिखिया मूर्ख बंदा बाणी कहती है पढ़िया मूर्ख अखी है जित लब लोभ अहंकारा पढ़िया लिखिया मूर्ख अपने आप नूं एडवोकेट कहाउणे वाला जर मां दे नाल जिंदगी नाल पेश आ रहा दुनिया दे विच वड्डे तो वड्डा कीता होया पाप दी शायद माफी मिल सकदी है पर जिहड़ा मां दे उत्ते बंदा हथ चकदा है रब दी दरगाह च वी किते माफी ना मिले साडा खून चिट्टा हो गया जी साडे खून च सैल नहीं रहे साडे अंदर जिहड़ी ममता दे सैल सी ना साडी बॉडी च ओह खत्म हो गए सूरमियां नूं योधियां नूं पीरां नूं पैगंबरां नूं साधुआं नूं संतां नूं है पढ़े लिखे साइंसदाना नूं इह मां जन्म देण वाली है मां दे तां पैर धो के डेली पीलो तां वी उहदा आपां देण नहीं दे सकदे गिल्ली थां ते आप पैणा सुक्की थां सानूं सलाउणा भुखी आप रहि लैणा सानूं रजा के सलाउणा ਜਿਹੜਾ ਵੀ ਬੰਦਾ ਸਾਡੇ ਇਲਾਕੇ ਚੋਂ ਆਪਣੀਆਂ ਮਾਵਾਂ ਨੂੰ ਨਹੀਂ ਸੰਭਾਲ ਸਕਦਾ ਸਾਨੂੰ ਦੇ ਅਸੀਂ ਸੰਭਾਲ ਪਾਣੀ ਕੀ ਕਹਿੰਦੀ ਹੈ ਜੀ ਮਾਂ ਦਾ ਦਰਜਾ ਕੀ ਹੈ ਮਾਂ ਦਾ ਦਰਜਾ ਗੁਰਬਾਣੀ ਦੇ ਮੁਤਾਬਕ ਜੇ ਬੰਦੇ ਦਾ ਪਹਿਲਾ ਗੁਰੂ ਆ ਉਹ ਮਾਂ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਦੋ ਦੁਨਿਆਵੀ ਲਾ ਲਓ ਪਹਿਲਾ ਗੁਰੂ ਮਾਂ ਹੈ ਦੂਜਾ ਗੁਰੂ ਤੇਰਾ ਬਾਪ ਆ ਪਰਮੇਸ਼ਰ ਤੀਜੀ ਥਾਂ ਤੇ ਹੈ ਬਾਣੀ ਕਹਿੰਦੀ ਹੈ ਜੀ एक पढ़िया लिखिया मूर्ख बंदा बाणी कहती है पढ़िया मूर्ख अखी है जित लब लोभ अहंकारा पढ़िया लिखिया मूर्ख अपने आप नूं एडवोकेट कहाउणे वाला जर मां दे नाल जिंदगी नाल पेश आ रहा दुनिया दे विच वड्डे तो वड्डा कीता होया पाप दी शायद माफी मिल सकदी है पर जिहड़ा मां दे उत्ते बंदा हथ चकदा है रब दी दरगाह च वी किते माफी ना मिले साडा खून चिट्टा हो गया जी साडे खून च सैल नहीं रहे साडे अंदर ਜਿਹੜੀ ਮਮਤਾ ਦੇ ਸੈੱਲ ਸੀ ਨਾ ਸਾਡੀ ਬਾਡੀ 'ਚ ਉਹ ਖਤਮ ਹੋ ਗਏ ਸੂਰਮਿਆਂ ਨੂੰ ਯੋਧਿਆਂ ਨੂੰ ਪੀਰਾਂ ਨੂੰ ਪੈਗੰਬਰਾਂ ਨੂੰ ਸਾਧੂਆਂ ਨੂੰ ਸੰਤਾਂ ਨੂੰ ਹੈ ਪੜ੍ਹੇ ਲਿਖੇ ਸਾਇੰਸਦਾਨਾਂ ਨੂੰ ਇਹ ਮਾਂ ਜਨਮ ਦੇਣ ਵਾਲੀ ਹੈ ਮਾਂ ਦੇ ਤਾਂ ਪੈਰ ਧੋ ਕੇ ਡੇਲੀ ਪੀਲੋ ਤਾਂ ਵੀ ਉਹਦਾ ਆਪਾਂ ਦੇਣ ਨਹੀਂ ਦੇ ਸਕਦੇ ਗਿੱਲੀ ਥਾਂ ਤੇ ਆਪ ਪੈਣਾ ਸੁੱਕੀ ਥਾਂ ਸਾਨੂੰ ਸਲਾਉਣਾ ਭੁੱਖੀ ਆਪ ਰਹਿ ਲੈਣਾ ਸਾਨੂੰ ਰਜਾ ਕੇ ਸਲਾਉਣਾ ਜਿਹੜਾ ਵੀ ਬੰਦਾ ਸਾਡੇ ਇਲਾਕੇ ਚੋਂ ਆਪਣੀਆਂ ਮਾਵਾਂ ਨੂੰ ਨਹੀਂ ਸੰਭਾਲ ਸਕਦਾ ਸਾਨੂੰ ਦੇ ਅਸੀਂ ਸੰਭਾਲ ਪਾਣੀ ਕੀ ਕਹਿੰਦੀ ਹੈ ਜੀ ਮਾਂ ਦਾ ਦਰਜਾ ਕੀ ਹੈ ਮਾਂ ਦਾ ਦਰਜਾ ਗੁਰਬਾਣੀ ਦੇ ਮੁਤਾਬਕ ਜੇ ਬੰਦੇ ਦਾ ਪਹਿਲਾ ਗੁਰੂ ਆ ਉਹ ਮਾਂ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਦੋ ਦੁਨਿਆਵੀ ਲਾ ਲਓ ਪਹਿਲਾ ਗੁਰੂ ਮਾਂ ਹੈ ਦੂਜਾ ਗੁਰੂ ਤੇਰਾ ਬਾਪ ਆ ਪਰਮੇਸ਼ਰ ਤੀਜੀ ਥਾਂ ਤੇ ਹੈ ਬਾਣੀ ਕਹਿੰਦੀ ਹੈ ਜੀ एक पढ़िया लिखिया मूर्ख बंदा बाणी कहती है पढ़िया मूर्ख अखी है जित लब लोभ अहंकारा पढ़िया लिखिया मूर्ख अपने आप नूं एडवोकेट कहाउणे वाला जर मां दे नाल जिंदगी नाल पेश आ रहा दुनिया दे विच वड्डे तो वड्डा कीता होया पाप दी शायद माफी मिल सकदी है पर जिहड़ा मां दे उत्ते बंदा हथ चकदा है रब दी दरगाह च वी किते माफी ना मिले साडा खून चिट्टा हो गया जी साडे खून च सैल नहीं रहे साडे अंदर ਜਿਹੜੀ ਮਮਤਾ ਦੇ ਸੈੱਲ ਸੀ ਨਾ ਸਾਡੀ ਬਾਡੀ 'ਚ ਉਹ ਖਤਮ ਹੋ ਗਏ ਸੂਰਮਿਆਂ ਨੂੰ ਯੋਧਿਆਂ ਨੂੰ ਪੀਰਾਂ ਨੂੰ ਪੈਗੰਬਰਾਂ ਨੂੰ ਸਾਧੂਆਂ ਨੂੰ ਸੰਤਾਂ ਨੂੰ ਹੈ ਪੜ੍ਹੇ ਲਿਖੇ ਸਾਇੰਸਦਾਨਾਂ ਨੂੰ ਇਹ ਮਾਂ ਜਨਮ ਦੇਣ ਵਾਲੀ ਹੈ ਮਾਂ ਦੇ ਤਾਂ ਪੈਰ ਧੋ ਕੇ ਡੇਲੀ ਪੀਲੋ ਤਾਂ ਵੀ ਉਹਦਾ ਆਪਾਂ ਦੇਣ ਨਹੀਂ ਦੇ ਸਕਦੇ ਗਿੱਲੀ ਥਾਂ ਤੇ ਆਪ ਪੈਣਾ ਸੁੱਕੀ ਥਾਂ ਸਾਨੂੰ ਸਲਾਉਣਾ ਭੁੱਖੀ ਆਪ ਰਹਿ ਲੈਣਾ ਸਾਨੂੰ ਰਜਾ ਕੇ ਸਲਾਉਣਾ ਜਿਹੜਾ ਵੀ ਬੰਦਾ ਸਾਡੇ ਇਲਾਕੇ ਚੋਂ ਆਪਣੀਆਂ ਮਾਵਾਂ ਨੂੰ ਨਹੀਂ ਸੰਭਾਲ ਸਕਦਾ ਸਾਨੂੰ ਦੇ ਅਸੀਂ ਸੰਭਾਲ ਪਾਣੀ ਕੀ ਕਹਿੰਦੀ ਹੈ ਜੀ ਮਾਂ ਦਾ ਦਰਜਾ ਕੀ ਹੈ ਮਾਂ ਦਾ ਦਰਜਾ ਗੁਰਬਾਣੀ ਦੇ ਮੁਤਾਬਕ ਜੇ ਬੰਦੇ ਦਾ ਪਹਿਲਾ ਗੁਰੂ ਆ ਉਹ ਮਾਂ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਦੋ ਦੁਨਿਆਵੀ ਲਾ ਲਓ ਪਹਿਲਾ ਗੁਰੂ ਮਾਂ ਹੈ ਦੂਜਾ ਗੁਰੂ ਤੇਰਾ ਬਾਪ ਆ ਪਰਮੇਸ਼ਰ ਤੀਜੀ ਥਾਂ ਤੇ ਹੈ ਬਾਣੀ ਕਹਿੰਦੀ ਹੈ ਜੀ